ਤਾਰੇ ਆਖਦੇ ਦੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਬੜੇ ਦਰਸ਼ਕ ਇਹ ਪੁੱਛਦੇ ਆ ਕਿ ਸੁਖਮਿੰਦਰ ਜੀ ਦੱਸੋ ਕਿ ਗ੍ਰਹਿਆਂ ਦੇ ਮੁਤਾਬਿਕ ਅਸੀਂ ਕਿੱਦਾਂ ਕਿੱਦਾਂ ਕਦੋਂ ਕਦੋਂ ਵਿਦੇਸ਼ ਜਾ ਸਕਦੇ ਹਾਂ। ਸਭ ਤੋਂ ਪਹਿਲਾਂ ਸੂਰਜ ਦੀ ਗੱਲ ਕਰਦੇ ਹਾਂ। ਬ੍ਰਹਦ ਪਰਾਸ਼ਰ ਹੋਰਾ ਸ਼ਾਸਤਰ ਦੇ ਮੁਤਾਬਿਕ ਸੂਰਜ ਮਹਾਦਸ਼ਾ ਦੇ ਵਿੱਚ ਜਦੋਂ ਕੇਤੂ ਅੰਤਰ ਦਸ਼ਾ ਦੇ ਵਿੱਚ ਜੇ ਉਹ ਸੂਰਜ ਤੋਂ 6ਵੇਂ ਜਾਂ 12ਵੇਂ ਦੇ ਵਿੱਚ ਹੋਵੇ ਤਾਂ ਬੰਦਾ ਵਿਦੇਸ਼ ਜਾਂਦਾ ਹੈ। ਸਾਰਾਵਲੀ ਦੇ ਮੁਤਾਬਿਕ 8ਵੇਂ ਦੇ ਵਿੱਚ ਸੂਰਜ ਹੋਵੇ ਤਾਂ ਜਾਂ ਤੱਕ ਇੱਕ ਦੇਸ਼ ਛੋਟ ਕੇ ਦੂਜੇ ਦੇਸ਼ ਦੇ ਵਿੱਚ ਇਸੇ ਤਰੀਕੇ ਦੇ ਨਾਲ ਘੁੰਮਦਾ ਰਹਿੰਦਾ ਹੈ। ਪ੍ਰਭੂ ਦੇ ਮੁਤਾਬਿਕ ਜਿਹੜਾ ਹੈ ਲਗਨ ਦੇ ਵਿੱਚ ਸੂਰਜ ਵਿਦੇਸ਼ ਦੇ ਵਿੱਚ ਯਾਤਰਾ ਕਰਾਉਂਦਾ ਹੈ। ਸੋ ਜਾਂ ਤੱਕ ਪਰਿਜਾਤ ਦੇ ਮੁਤਾਬਿਕ ਜਿਹੜਾ ਹੈ 5ਵੇਂ ਦੇ ਵਿੱਚ ਸੂਰਜ ਹੋਵੇ ਤਾਂ ਵਿਦੇਸ਼ ਪ੍ਰਵਾਸ ਦਾ ਯੋਗ ਬਣਦਾ ਹੈ। ਜ਼ਿਆਦਾਤਰ ਜਿੰਨੇ ਵੀ ਐਂਬੈਸਡਰਸ ਨੇ, ਰਾਜਦੂਤ ਨੇ, ਉਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਇਹ ਵਾਲਾ ਯੋਗ ਦੇਖਣ ਨੂੰ ਮਿਲਦਾ ਹੈ। ਚੰਦਰਮਾ ਦੀ ਗੱਲ ਕਰਦੇ ਹਾਂ, ਜਦੋਂ ਬ੍ਰਹਦ ਪਰਾਸ਼ਰ ਹੋਰਾ ਸ਼ਾਸਤਰ ਦੇ ਮੁਤਾਬਿਕ ਚੰਦਰਮਾ ਤੋਂ ਸ਼ੁੱਕਰ 6ਵੇਂ, 8ਵੇਂ ਜਾਂ 12ਵੇਂ ਦੇ ਵਿੱਚ ਹੋਵੇ, ਸੋ ਪ੍ਰਭੂ ਦੇ ਮੁਤਾਬਿਕ ਜਿਹੜਾ ਹੈ 11ਵੇਂ ਦਾ ਚੰਦਰਮਾ ਗੰਧਰਵ ਵਿਵਾਹ ਤੇ ਵਿਦੇਸ਼ ਪ੍ਰਵਾਸ ਕਰਾਉਂਦਾ ਹੈ। ਫਿਰ ਮੰਤਰੇਸ਼ਵਰ ਜੀ ਦੇ ਮੁਤਾਬਿਕ 9ਵੇਂ ਦੇ ਵਿੱਚ ਜਦੋਂ ਚੰਦਰਮਾ ਹੋਵੇ ਵਿਦੇਸ਼ ਯਾਤਰਾ ਹੁੰਦੀ ਹੈ। ਚਿੰਤਾਮਣੀ ਚਮਤਕਾਰ ਦੇ ਮੁਤਾਬਿਕ 12ਵੇਂ ਦੇ ਵਿੱਚ ਚੰਦਰਮਾ ਹੋਵੇ ਤਾਂ ਵਿਦੇਸ਼ ਯਾਤਰਾ ਹੁੰਦੀ ਹੈ। ਸੋ ਮੰਗਲ ਦੀ ਗੱਲ ਕਰਦੇ ਹਾਂ, ਜਾਤਕ ਪਰਿਜਾਤ ਦੇ ਮੁਤਾਬਿਕ ਚੰਦਰਮਾ ਤੇ ਮੰਗਲ ਜੇ 10ਵੇਂ ਦੇ ਵਿੱਚ ਯੁਤੀ ਕਰਨ ਤਾਂ ਵਿਦੇਸ਼ ਦੇ ਵਿੱਚ ਇਨਸਾਨ ਨੂੰ ਪਰੇਸ਼ਾਨੀ ਆ ਜਾਂਦੀ ਹੈ। ਸੋ ਮੰਗਲ 10ਵੇਂ ਦੇ ਵਿੱਚ ਜਾਂ ਫਿਰ ਚੰਦਰਮਾ ਹੋਵੇ ਤਾਂ ਲੰਬੇ ਟਾਈਮ ਦੇ ਲਈ ਬੰਦਾ ਵਿਦੇਸ਼ ਦੇ ਵਿੱਚ ਪ੍ਰਵਾਸ ਕਰਦਾ ਹੈ। ਬੁੱਧ ਦੀ ਗੱਲ ਕਰਦੇ ਹਾਂ, ਬੁੱਧ 10ਵੇਂ ਦੇ ਵਿੱਚ ਤੇ ਚੰਦਰਮਾ 12ਵੇਂ ਦੇ ਵਿੱਚ ਹੋਵੇ ਤਾਂ ਵਿਦੇਸ਼ ਯਾਤਰਾ ਕਰਾਉਂਦਾ ਹੈ। ਚਿੰਤਾਮਣੀ ਦੇ ਮੁਤਾਬਿਕ ਜਿਹੜਾ ਚੌਥੇ ਭਾਵ ਦੇ ਵਿੱਚ ਬੁੱਧ ਸਥਾਨ ਪਰਿਵਰਤਨ ਕਰਾਏ ਤਾਂ ਵਿਦੇਸ਼ ਯਾਤਰਾ ਦਾ ਯੋਗ ਬਣਾ ਦਿੰਦਾ ਹੈ। ਸ਼ੁੱਕਰ ਦੀ ਗੱਲ ਕਰਦੇ ਹਾਂ, ਪ੍ਰਭੂ ਮਹਾਰਾਜ ਦੇ ਮੁਤਾਬਿਕ ਜਿਹੜਾ ਸ਼ੁੱਕਰ ਜਦੋਂ 6ਵੇਂ ਦੇ ਵਿੱਚ ਹੋਵੇ ਤਾਂ ਜਾਤਕ ਜਿਹੜਾ ਹੈ ਵਿਦੇਸ਼ ਗਮਨ ਕਰਦਾ। ਸੋ ਮਾਨ ਸਾਗਰੀ ਦੇ ਮੁਤਾਬਿਕ ਜਿਹੜਾ ਹੈ ਮੇਸ਼ ਦਾ ਚੰਦਰਮਾ ਹੋਵੇ ਤਾਂ ਵਿਦੇਸ਼ ਚ ਜਾਏਗਾ ਬੰਦਾ। ਸੋ ਜੇ ਸ਼ੁੱਕਰ 7ਵੇਂ ਦੇ ਵਿੱਚ ਹੋਵੇ ਤਾਂ ਸੁੰਦਰ ਇਸਤਰੀ ਦੇ ਨਾਲ ਵਿਆਹ ਕਰਕੇ ਇਨਸਾਨ ਵਿਦੇਸ਼ ਦੇ ਵਿੱਚ ਜਾ ਕੇ ਬੱਸ ਸਕਦਾ ਹੈ। ਮੰਗਲ ਤੇ ਸ਼ੁੱਕਰ 9ਵੇਂ ਭਾਵ ਦੇ ਵਿੱਚ ਹੋਵੇ ਤਾਂ ਦੋ ਦੋ ਪਤਨੀਆਂ ਇਨਸਾਨ ਦੀਆਂ ਹੁੰਦੀਆਂ ਤੇ ਵਿਦੇਸ਼ ਦੇ ਵਿੱਚ ਆਵਾਸ ਕਰਦਾ ਹੈ। 12ਵੇਂ ਦੇ ਵਿੱਚ ਸ਼ੁੱਕਰ ਹੋਵੇ ਤਾਂ ਵਿਦੇਸ਼ ਯਾਤਰਾ ਦੇ ਬੜੇ ਹੀ ਮਜ਼ਬੂਤ ਯੋਗ ਹੁੰਦੇ ਆ। ਸ਼ਨੀ ਦੀ ਗੱਲ ਕਰਦੇ ਹਾਂ, 12ਵੇਂ ਭਾਵ ਦੇ ਵਿੱਚ ਸ਼ਨੀ ਹੋਵੇ ਤਾਂ ਇਨਸਾਨ ਦੀ ਪਤਨੀ ਤੋਂ ਅਲੱਗ ਹੋਣ ਦੀ ਸਥਿਤੀ ਹੋ ਜਾਂਦੀ ਹੈ ਤੇ ਜ਼ਿੰਦਗੀ ਜਿਹੜੀ ਹੈ ਪਰਦੇਸ ਦੇ ਵਿੱਚ ਹੀ ਬਤੀਤ ਕਰਨ ਹੁੰਦੀ ਹੈ। ਸ਼ਨੀ ਤੇ ਗੁਰੂ 9ਵੇਂ ਦੇ ਵਿੱਚ ਹੋਣ ਤਾਂ ਜਾਤਕ ਜਿਹੜਾ ਹੈ ਵਿਦੇਸ਼ ਦੇ ਵਿੱਚ ਪ੍ਰੋਫੈਸਰ ਅਧਿਆਪਕ ਵਰਗਾ ਜਿਹੜਾ ਹੈ ਵਿਵਸਾਏ ਅਪਣਾਉਂਦਾ ਹੈ। ਇੱਦਾਂ ਹੀ ਰਾਹੂ ਕੇਤੂ ਦੀ ਅਸੀਂ ਗੱਲ ਕਰਦੇ ਹਾਂ, ਵਿਦੇਸ਼ੀ ਵਸਤੂਆਂ ਦਾ ਕਾਰਕ ਮੰਨਿਆ ਜਾਂਦਾ ਰਾਹੂ। ਸੋ ਇਹਦੀ ਦਸ਼ਾ ਦੇ ਵਿੱਚ ਸਥਾਨ ਪਰਿਵਰਤਨ, ਵਿਆਹ, ਵਿਦੇਸ਼ੀ ਨਾਗਰਿਕਾਂ ਦੇ ਨਾਲ ਸੰਬੰਧ, ਫਿਰ ਵਿਦੇਸ਼ੀ ਧਨ ਮਿਲਦਾ ਹੈ। ਲੇਕਿਨ ਜਾਤਕ ਦੇ ਜੀਵਨ ਦੇ ਵਿੱਚ ਅਸੰਤੋਸ਼ ਬਹੁਤ ਸਾਰਾ ਰਹਿੰਦਾ ਹੈ। ਸੋ ਸਾਰਾਵਲੀ ਦੇ ਮੁਤਾਬਿਕ ਜੇ ਰਾਹੂ ਕੇਤੂ 7ਵੇਂ, 8ਵੇਂ, 9ਵੇਂ ਜਾਂ 10ਵੇਂ ਭਾਵ ਦੇ ਸਵਾਮੀ ਦੇ ਨਾਲ ਯੁਤੀ ਕਰਦੇ ਆ ਤਾਂ ਇਨਸਾਨ ਨੂੰ ਵਿਦੇਸ਼ ਯਾਤਰਾ ਕਰਨ ਦਾ ਸੁਨਹਿਰਾ ਮੌਕਾ ਜ਼ਰੂਰ ਮਿਲਦਾ ਹੈ। ਸੋ ਹੁਣ ਅੱਜ ਦਾ ਨੁਕਤਾ ਨੋਟ ਕਰੋ, ਪਿਆਰਾਂ ਦਾ ਦਰਦ ਜੇ ਤੁਹਾਨੂੰ ਰਹਿੰਦਾ ਹੈ ਤਾਂ ਬਿਲਕੁਲ ਘਬਰਾ ਨਾ, ਸਰੋਂ ਦੇ ਤੇਲ ਦੇ ਵਿੱਚ ਲਸਣ ਨੂੰ ਭੁੰਨ ਕੇ ਉਹਦੇ ਨਾਲ ਮਾਲਿਸ਼ ਕਰੋ, ਪਿਆਰਾਂ ਦਾ ਦਰਦ ਜ਼ਰੂਰ ਠੀਕ ਹੋ ਜਾਏਗਾ। ਸੋ ਵਾਸਤੂ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਉੱਤਰ ਪੱਛਮ ਦਾ ਜਿਹੜਾ ਹੈ ਸ਼ਾਸਨ ਅਸੀਂ ਹਵਾ ਨੂੰ ਦਿੰਦੇ ਹਾਂ ਕਿਉਂਕਿ ਵਾਹਿਆ ਕੌਣ ਹੈ, ਇਸ ਲਈ ਅਸੀਂ ਇਹਨੂੰ ਕਹਿੰਦੇ ਹਾਂ। ਸੋ ਹਵਾ ਦੀ ਗਤੀ ਤੇ ਗੋਚਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੋ ਇਹ ਲਗਾਤਾਰ ਜਿਹੜਾ ਪ੍ਰਵਾਹਮਾਨ ਤੇ ਚਲਾਇਮਾਨ ਰਹਿੰਦੀ ਹੈ। ਸੋ ਜਦੋਂ ਅਸੀਂ ਘਰ ਦੇ ਵਿੱਚ ਸਾਡੀ ਉਦਾਸ ਬੇਟੀ ਹੋਵੇ ਜਾਂ ਜਿਹਦਾ ਮਨ ਨਾ ਲੱਗਦਾ ਹੋਵੇ, ਉਹਦਾ ਵਿਆਹ ਨਾ ਹੁੰਦਾ ਹੋਵੇ, ਤਾਂ ਅਸੀਂ ਉਹਨੂੰ ਉਸ ਕੋਣ ਦੇ ਵਿੱਚ, ਕਮਰੇ ਦੇ ਵਿੱਚ ਉਹਨੂੰ ਰਹਿਣ ਨੂੰ ਦਿੰਦੇ ਹਾਂ ਜਗ੍ਹਾ ਘਰ ਦੀ, ਤਾਂ ਉਹਦੇ ਵਿੱਚ ਤਾਜ਼ਗੀ ਤੇ ਗਤੀ ਮਹਿਸੂਸ ਹੋਏਗੀ। ਪਰਿਵਾਰ ਦੇ ਪ੍ਰਤੀ ਆਪਣੇ ਕੰਮਾਂ ਦੇ ਵਿੱਚ ਤੇ ਆਪਣੇ ਜ਼ਿੰਮੇਵਾਰੀਆਂ ਦਾ ਬੋਧ ਵੀ ਉਹਨੂੰ ਨਵੇਂ ਸਿਰੇ ਤੋਂ ਹੋਣ ਲੱਗ ਜਾਏਗਾ। ਸੋ ਹੁਣ ਗੱਲ ਕਰਦੇ ਹਾਂ ਰੁਦਰਾਕਸ਼, ਯਾਨੀ ਕਿ 14 ਮੁਖੀ ਰੁਦਰਾਕਸ਼ ਦੀ ਵਾਰੀ ਹੈ ਅੱਜ। ਸ਼ਿਵ ਪੁਰਾਣ ਦੇ ਵਿੱਚ ਦੱਸਿਆ ਗਿਆ ਕਿ 14 ਮੁਖਾਂ ਵਾਲਾ ਰੁਦਰਾਕਸ਼ ਰੁਦਰ ਦੀਆਂ ਅੱਖਾਂ ਤੋਂ ਪ੍ਰਗਟ ਹੋਇਆ, ਇਸ ਲਈ ਜੇ ਕਿਤੋਂ ਤੁਹਾਨੂੰ 14 ਮੁਖੀ ਰੁਦਰਾਕਸ਼ ਮਿਲ ਜੇ ਤਾਂ ਇਹਨੂੰ ਸਿਰ ਦੇ ਉੱਤੇ ਧਾਰਨ ਕਰਨ ਦੇ ਨਾਲ ਬਹੁਤ ਸਾਰਾ ਮਾਨ ਸਨਮਾਨ ਮਿਲ ਸਕਦਾ ਹੈ। ਇਸ ਰੁਦਰਾਕਸ਼ ਦੇ ਗੁਣ ਜਿਹੜੇ ਨੇ ਅਨੰਤ ਹੈਗੇ ਨੇ। ਇਹਨੂੰ ਧਾਰਨ ਕਰਨ ਵਾਲਾ ਮਨੁੱਸ਼ ਸਾਕਸ਼ਾਤ ਸ਼ਿਵ ਸਵਰੂਪ ਹੋ ਜਾਂਦਾ ਹੈ। ਵੈਸੇ ਤਾਂ 1 ਮੁਖੀ ਤੋਂ ਲੈ ਕੇ 21 ਮੁਖੀ ਤੱਕ ਦੇ ਰੁਦਰਾਕਸ਼ ਦੇ ਦਾਣੇ ਮੰਨੇ ਗਏ ਹਨ, ਲੇਕਿਨ ਸ਼ਿਵ ਪੁਰਾਣ ਆਦਿ ਪੁਰਾਣਿਕ ਗ੍ਰੰਥਾਂ ਦੇ ਵਿੱਚ ਕੇਵਲ 14 ਮੁਖੀ ਰੁਦਰਾਕਸ਼ ਤੱਕ ਦੀ ਹੀ ਜਾਣਕਾਰੀ ਮਿਲਦੀ ਹੈ। ਇਸ ਤੋਂ ਜ਼ਿਆਦਾ ਮੁੱਖ ਵਾਲੇ ਰੁਦਰਾਕਸ਼ ਦੇ ਬਾਰੇ ਜਾਣਕਾਰੀ ਨਹੀਂ ਮਿਲ ਪਾਈ। ਮੇਰਾ ਬਾਹਰ ਜਾਣ ਦਾ ਕੋਈ ਸਾਧਨ ਨਹੀਂ ਬਣ ਰਿਹਾ ਸੀ, ਮੈਂ ਸੁਖਵਿੰਦਰ ਭਾਈ ਨੂੰ ਮਿਲਿਆ, ਉਹਨਾਂ ਨੇ ਮੈਨੂੰ ਕੁਛ ਉਪਾਏ ਦੱਸੇ ਤੇ ਹੁਣ ਮੇਰਾ ਅਗਲੇ ਹਫ਼ਤੇ ਵੀਜ਼ਾ ਲੱਗਣ ਲੱਗਾ ਅਮੈਰੀਕਾ ਦਾ। ਅਗਲੇ ਹਫ਼ਤੇ ਮੈਂ ਜਾ ਰਿਹਾ ਅਮੈਰੀਕਾ। ਮੈਂ ਰੋਜ਼ ਸਵੇਰੇ ਸੁਖਵਿੰਦਰ ਜੀ ਦਾ ਪ੍ਰੋਗਰਾਮ ਦੇਖਦਾ ਔਰ ਉਹਨਾਂ ਦੇ ਉਪਾਇਆਂ ਨੂੰ ਫੋਲੋ ਕਰ ਰਿਹਾ, ਉਹਦੇ ਨਾਲ ਮੈਨੂੰ ਬਹੁਤ ਬੈਨੀਫਿਟ ਹੋ ਰਿਹਾ। ਮੈਂ ਸੁਖਵਿੰਦਰ ਜੀ ਦਾ ਪ੍ਰੋਗਰਾਮ ਰੋਜ਼ ਦੇਖਦਾ ਹੈ ਅਤੇ ਉਹਨਾਂ ਨੂੰ ਮਤਲਬ ਸਟੋਨ ਵਗੈਰਾ ਵੀ ਉਹਨਾਂ ਨੇ ਮੈਨੂੰ ਪੁਆਏ, ਉਹਦੇ ਨਾਲ ਮੈਨੂੰ ਬਹੁਤ ਫਾਇਦਾ ਹੋ ਰਿਹਾ। ਮੈਂ ਮੇਰੇ ਘਰ 'ਚ ਕਾਫੀ ਸਮੱਸਿਆਵਾਂ ਸੀ ਔਰ ਮੈਨੂੰ ਬਿਜ਼ਨਸ 'ਚ ਵੀ ਬਹੁਤ ਲੋਸ ਹੋ ਰਿਹਾ ਸੀ, ਇਸ ਕਰਕੇ ਮੈਂ ਸੁਖਵਿੰਦਰ ਜੀ ਨੂੰ ਮਿਲਿਆ ਔਰ ਉਹਨਾਂ ਨੇ ਮੈਨੂੰ ਨੱਕ ਧਾਰਨ ਕਰਨ ਵਾਸਤੇ ਕਿਹਾ ਔਰ ਇਹਨੂੰ ਮੈਂ ਧਾਰਨ ਕੀਤਾ ਔਰ ਮੈਂ ਹੁਣ ਕਾਫੀ ਬੈਟਰ ਮਹਿਸੂਸ ਕਰ ਰਿਹਾ। ਮੈਨੂੰ ਕਹੀਂ ਵੀ ਨੌਕਰੀ ਨਹੀਂ ਮਿਲ ਰਹੀ ਸੀ, ਮੈਂ ਸੁਖਵਿੰਦਰ ਸਿੰਘ ਉਪਾਅ ਪੁੱਛਾ, ਉਹਨਾਂ ਨੇ ਮੈਨੂੰ ਉਪਾਅ ਬਤਾਏ, ਅਬ ਮੈਨੂੰ ਇੱਕ ਅੱਛੀ ਨੌਕਰੀ। ਮੈਨੂੰ ਪੜ੍ਹਾਈ ਮੈਂ ਥੋੜ੍ਹੀ ਸੀ ਪ੍ਰੋਬਲਮ ਚੱਲ ਰਹੀ ਸੀ ਔਰ ਮੈਂ ਇਸਕੇ ਬਾਰੇ ਮੈਂ ਸੁਖਵਿੰਦਰ ਜੀ ਸੇ
पूछा और उन्होंने मुझे कुछ उपाय बताए जो मुझे बहुत फिट बैठे। सो आज तक तुसी जड़ा है टोटका नोट करो, जो थोनू नजर लगी होवे ता वैसे साडी सिद्ध कीती होई धूनी भी दे सकते हो, या तुसी जड़ा है एक पान एक लोटा जल दो पतासे दो साबत लैचियां फिर जड़ा अण टुके हुए पिपल दे पत्ते जड़े है ਉਹ ਤੁਸੀਂ ਜਿਹੜੇ ਲੈ ਕੇ ਤੁਸੀਂ ਜਿਹੜਾ ਪਿੱਪਲ ਦਾ ਸਾਬਤ ਵਰਿਕਸ਼ ਹੋਵੇ ਉਹਦੇ ਤੇ ਸ਼ਨੀ ਤੇ ਮੰਗਲਵਾਰ ਨੂੰ ਇਹ ਸਾਰੀਆਂ ਚੀਜ਼ਾਂ ਚੁੱਪ ਚਾਪ ਚੜਾਇਆ ਉਹ ਜਿਹਨਾਂ ਨਜ਼ਰ ਦੋਸ਼ ਦੇ ਸਾਰੇ ਪ੍ਰਭਾਵ ਵੀ ਦੂਰ ਹੋ ਸਕਦੇ ਆ। ਸੋ ਹੁਣ ਰਤਨਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਜਦੋਂ ਵੀ ਅਸੀਂ ਰਤਨ ਧਾਰਨ ਕਰਦੇ ਹਾਂ ਤਾਂ ਸਾਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਰਤਨ ਜਿਹੜਾ ਹੈ ਅਸ਼ੁਭ ਭਾਵ ਦਾ ਹੈਗਾ ਜਾਂ ਅਸ਼ੁਭ ਗ੍ਰਹਿ ਦਾ ਪ੍ਰਤੀਨਿਧਿਤਵ ਤਾਂ ਨਹੀਂ ਕਰਦਾ, ਫਿਰ ਜਿਹੜਾ ਦ੍ਰਿਤੇਸ਼ ਜਾਂ ਜਿਹੜਾ ਹੈ ਸਤਮੇਸ਼ ਦਾ ਰਤਨ ਸੋਚ ਸਮਝ ਕੇ ਹੀ ਧਾਰਨ ਕਰਨਾ ਚਾਹੀਦਾ। ਉਸ ਸਥਿਤੀ ਦੇ ਵਿੱਚ ਤਾਂ ਬਿਲਕੁਲ ਨਹੀਂ ਧਾਰਨ ਕਰਨਾ ਚਾਹੀਦਾ ਜਦੋਂ ਇਹ ਮਾੜੀ ਸਥਿਤੀ ਦੇ ਵਿੱਚ ਗ੍ਰਹਿ ਹੁੰਦੇ ਆ। ਜਿਨ੍ਹਾਂ ਵਿਅਕਤੀਆਂ ਦਾ ਕੰਮ ਜਿਹੜਾ ਹੈ ਕਲਾ ਖੇਤਰ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਹੀਰਾ ਜ਼ਰੂਰ ਧਾਰਨ ਕਰਨਾ ਚਾਹੀਦਾ, ਚਾਹੇ ਹੀ ਜਨਮ ਕੁੰਡਲੀ ਦੇ ਵਿੱਚ ਸ਼ੁੱਕਰ ਕਾਰਕ ਗ੍ਰਹਿ ਨਾ ਹੋਵੇ। ਜਿਨ੍ਹਾਂ ਵਿਅਕਤੀਆਂ ਦਾ ਕੰਮ ਜਿਹੜਾ ਹੈ ਵਾਣਿਜ ਜਾਂ ਗੰਧਿਤ ਜਾਂ ਜੋਤਿਸ਼ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਪੰਨਾ ਜ਼ਰੂਰ ਪਾ ਲੈਣਾ ਚਾਹੀਦਾ। ਦੇਖਿਆ ਗਿਆ ਕਿ ਅੱਜ ਦੇ ਯੁੱਗ ਦੇ ਵਿੱਚ ਬੁੱਧ ਗ੍ਰਹਿ ਜ਼ਿਆਦਾ ਪ੍ਰਸੰਨ ਹੋ ਜਾਏ ਤਾਂ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਬੁੱਧ ਗ੍ਰਹਿ ਦਾ ਅਸੀਂ ਬਲੀ ਹੋਣਾ ਬਹੁਤ ਜ਼ਿਆਦਾ ਅਵਸ਼ਕ ਮੰਨਦੇ ਹਾਂ। ਸੋ ਜਿਨ੍ਹਾਂ ਵਿਅਕਤੀਆਂ ਦਾ ਮਨ ਅਸਥਿਰ ਅਸ਼ਾਂਤ ਚੰਚਲ ਰਹਿੰਦਾ ਜਾਂ ਫਿਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅਪਚ ਦਾ ਰੋਗ ਹੁੰਦਾ ਤਾਂ ਉਹਨਾਂ ਨੂੰ ਮੋਤੀ ਜ਼ਰੂਰ ਧਾਰਨ ਕਰ ਲੈਣਾ ਚਾਹੀਦਾ। ਜਿਨ੍ਹਾਂ ਵਿਅਕਤੀਆਂ ਨੂੰ ਆਪਣੀ ਨੌਕਰੀ ਦੇ ਵਿੱਚ ਪ੍ਰਮੋਸ਼ਨ ਚਾਹੀਦੀ ਹੈ ਜਾਂ ਜਿਨ੍ਹਾਂ ਦੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸੋ ਐਸੇ ਵਿਅਕਤੀਆਂ ਨੂੰ ਵੀ ਜਿਹੜਾ ਹੈ ਨਮੇਸ਼ ਪਾਕਿਆ ਰਤਨ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਸੋ ਰਤਨਾਂ ਦੇ ਚੁਣਾਵ ਦੇ ਵਿੱਚ ਲਗਨ ਕੁੰਡਲੀ ਨੂੰ ਹੀ ਪ੍ਰਧਾਨਤਾ ਦੇਣੀ ਚਾਹੀਦੀ ਹੈ ਨਾ ਕਿ ਰਾਸ਼ੀ ਜਾਂ ਜਨਮ ਦੇ ਨਾਮ ਨੂੰ। ਸੋ ਪਿਆਰੇ ਦਰਸ਼ਕੋ ਵਿਸ਼ੋਤਰੀ ਦਸ਼ਾ ਦੇ ਆਧਾਰ ਦੇ ਉੱਤੇ ਮਹਾਂਦਸ਼ਾ ਤੋਂ ਜ਼ਿਆਦਾ ਅੰਤਰ ਦਸ਼ਾ ਦਾ ਜਿਹੜਾ ਹੈ ਰਤਨ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਸੋ ਨੀਲਮ ਰਤਨ ਨੂੰ ਧਾਰਨ ਕਰਨਾ ਸਾਰਿਆਂ ਦੇ ਲਈ ਲਾਭਕਾਰੀ ਨਹੀਂ ਹੁੰਦਾ, ਸੋ ਨੀਲਮ ਦੀ ਬਹੁਤ ਜਲਦੀ ਫਲ ਦੇਣ ਦੀ ਕਪੈਸਿਟੀ ਵੀ ਹੁੰਦੀ ਹੈ, ਇਸ ਲਈ ਇਸ ਰਤਨ ਦਾ ਚੁਣਾਵ ਬਹੁਤ ਹੀ ਸਾਵਧਾਨੀ ਦੇ ਨਾਲ ਕਰਨਾ ਚਾਹੀਦਾ ਹੈ। ਜੇ ਕਿਸੇ ਵੀ ਵਿਅਕਤੀ ਨੂੰ ਭੂਤ ਪ੍ਰੇਤ ਦੀ ਵਾਧਾ ਹੋਵੇ ਤਾਂ ਉਹਨੂੰ ਲਸੁੰਦੀਆਂ ਜ਼ਰੂਰ ਪਾ ਲੈਣਾ ਚਾਹੀਦਾ। ਡਾਕਟਰ ਸੀਏ ਨੇਤਾ ਆਦਿ ਵਿਅਕਤੀਆਂ ਦੇ ਲਈ ਪੁਖਰਾਜ ਧਾਰਨ ਕਰਨਾ ਬਹੁਤ ਹੀ ਜ਼ਿਆਦਾ ਪ੍ਰਸਿੱਧੀਕਾਰਕ ਹੋ ਸਕਦਾ ਹੈ। ਗ੍ਰਹਿ ਕਲੇਸ਼ ਜਾਂ ਫਿਰ ਪਤੀ ਪਤਨੀ ਦੇ ਝਗੜਿਆਂ ਨੂੰ ਹੱਲ ਕਰਨ ਦੇ ਲਈ ਹੀਰਾ ਜਾਂ ਉਪਰਤਨ ਉਪਲ ਜ਼ਰੂਰ ਧਾਰਨ ਕਰ ਲੈਣਾ ਚਾਹੀਦਾ। ਲੇਕਿਨ ਜਿਹੜੀਆਂ ਲੇਡੀਜ਼ ਬਹੁਤ ਲਾਈਫ ਦੇ ਵਿੱਚ ਪੁੱਤਰ ਦੇ ਬਾਰੇ ਆਕਾਂਕਸ਼ਾ ਰੱਖਦੀਆਂ ਕਿ ਜਿਹਨਾਂ ਪੁੱਤਰ ਹੋਣਾ ਚਾਹੀਦਾ ਉਹਨਾਂ ਨੂੰ ਹੀਰਾ ਧਾਰਨ ਨਹੀਂ ਕਰਨਾ ਚਾਹੀਦਾ। ਸੋ ਹੁਣ ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਅੱਜ ਜਰਨਲਿਜ਼ਮ ਦੇ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਹੁਤ ਵਧੀਆ ਬਣਾ ਸਕਦੇ ਆ। ਵਰਿਸ਼ਠ ਰਾਸ਼ੀ ਵਾਲਿਆਂ ਦੇ ਲਈ ਭੱਜ ਦੌੜ ਭਰਿਆ ਸਮਾਂ ਹੈ, ਲੇਕਿਨ ਰੱਬ ਤੋਂ ਜੋ ਚਾਹੋਗੇ ਮਿਲ ਸਕਦਾ। ਮਿਥੁਨ ਰਾਸ਼ੀ ਵਾਲਿਆਂ ਦਾ ਖਰਚਾ ਜ਼ਿਆਦਾ ਵਧਣ ਦੇ ਨਾਲ ਬਹੁਤ ਟੈਨਸ਼ਨ ਹੋ ਸਕਦੀ ਹੈ। ਕਰਕ ਰਾਸ਼ੀ ਵਾਲੇ ਅੱਜ ਕਿਸੇ ਗੁਪਤ ਰੋਗ ਦੇ ਨਾਲ ਪੀੜਿਤ ਹੋ ਸਕਦੇ ਆ। ਸਿੰਘ ਰਾਸ਼ੀ ਵਾਲਿਆਂ ਨੂੰ ਜਿਹੜੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਿਮਾਰੀ ਤੋਂ ਰਾਹਤ ਮਿਲ ਸਕਦੀ ਹੈ। ਕੰਨਿਆ ਰਾਸ਼ੀ ਵਾਲੇ ਟੈਨਸ਼ਨ 'ਚ ਤਾਂ ਆ ਸਕਦੇ ਆ, ਪਰ ਯੋਗ ਤੇ ਧਿਆਨ ਦਾ ਸਹਾਰਾ ਲੈਣ ਦੇ ਨਾਲ ਤੁਸੀਂ ਠੀਕ ਵੀ ਹੋ ਜਾਓਗੇ। ਤੁਲਾ ਰਾਸ਼ੀ ਵਾਲੇ ਸਮਾਜਿਕ ਸਤਰ ਤੇ ਕਾਫੀ ਮਾਨ ਸਨਮਾਨ ਮਿਲ ਸਕਦਾ ਹੈ। ਵਰਿਸ਼ਚਿਕ ਰਾਸ਼ੀ ਵਾਲੇ ਕਾਰੋਬਾਰੀ ਦਿਸ਼ਾ ਦੇ ਲਈ ਬਹੁਤ ਵਧੀਆ ਤੁਹਾਡੇ ਸਤਾਰ ਹੈਗੇ, ਲੇਕਿਨ ਮਿਹਨਤ ਜ਼ਿਆਦਾ ਕਰਨੀ ਪਏਗੀ। ਧਨੂ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈਗਾ ਕਿਸੇ ਤੋਂ ਵੀ ਧਨ ਉਤਾਰ ਨਾ ਲਈ, ਉਹਨੇ ਤਾਂ ਧਨ ਡੁੱਬ ਜਾਏਗਾ। ਮੱਕਰ ਰਾਸ਼ੀ ਵਾਲਿਆਂ ਨੂੰ ਰਾਹ ਚੱਲਦੇ ਕੋਈ ਸ਼ਤਰੂ ਪਰੇਸ਼ਾਨ ਕਰ ਸਕਦਾ ਹੈ। ਕੁੰਭ ਰਾਸ਼ੀ ਵਾਲੇ ਅੱਜ ਸਰਕਾਰੀ ਅਧਿਕਾਰੀਆਂ ਦੇ ਨਾਲ ਚੰਗਾ ਪਿਆਰ ਰਹਿ ਸਕਦਾ, ਲੇਕਿਨ ਮੀਨ ਰਾਸ਼ੀ ਵਾਲੇ ਕਿਸੇ ਦੀ ਝੂਠੀ ਗਵਾਹੀ ਨਾ ਦਈਓ, ਨਹੀਂ ਤਾਂ ਫਸ ਜਾਓਗੇ। ਬੜੇ ਦਰਸ਼ਕ ਪੁੱਛਦੇ ਆ, ਸੁਖਵਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਲੀਫ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਵਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਟਾਈਮ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤ ਸ਼੍ਰੀ ਸੁਖਵਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 94170-2533 ਤੇ 98720-2533। ਸੋ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਵੀ ਦੇਖ ਸਕਦੇ ਹੋ। ਸੋ ਜਾਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡਾ ਅਖਬਾਰ ਵਾਇਸ ਆਫ ਏਸ਼ੀਅਨਸ ਦਾ 8ਵਾਂ ਅੰਕ ਆ ਗਿਆ। ਸਾਡੇ ਦਫ਼ਤਰ ਤੋਂ ਤੁਸੀਂ ਬਿਲਕੁਲ ਮੁਫਤ ਲੈ ਸਕਦੇ ਹੋ, ਸਿਰਫ 2 ਰੁਪਏ ਦਾ ਅਖਬਾਰ ਹੈ ਤੇ ਸਾਲ ਦਾ ਚੰਦਾ ਤੁਸੀਂ ਸਾਨੂੰ 120 ਰੁਪਏ ਭੇਜ ਕੇ ਸਾਰਾ ਸਾਲ ਇਹਨੂੰ ਆਪਣੇ ਘਰ ਵੀ ਮੰਗਵਾ ਸਕਦੇ ਹਾਂ। ਇਹਦੇ ਵਿੱਚ ਸਾਡੇ ਆਉਣ ਵਾਲੇ ਸਾਰੇ ਪ੍ਰੋਗਰਾਮ ਦੀ ਡਿਟੇਲ ਹੈ ਤੇ ਇੱਕ ਹਫ਼ਤੇ ਦੇ ਸਾਰੇ ਪ੍ਰੋਗਰਾਮ ਦੇ ਟੋਟਕੇ ਨੁਕਤੇ ਰੁਦਰਾਕਸ਼ ਰਤਨ ਵਾਸਤੂ ਤੇ ਜੋਤਿਸ਼ ਦੀ ਜਾਣਕਾਰੀ ਇਹਦੇ ਵਿੱਚ ਛਪੀ ਹੋਈ ਹੈ, ਉਹ ਤੁਸੀਂ ਪੜ੍ਹ ਕੇ ਕਾਫੀ ਜ਼ਿਆਦਾ ਉਹਦੇ ਨਾਲ ਲਾਭ ਉਠਾ ਸਕਦੇ ਹੋ। ਸੋ ਜਿਹੜੇ ਵੀ ਲੋਕ ਇਹਦੇ ਪੱਤਰਕਾਰ ਬਣਨਾ ਚਾਹੁੰਦੇ ਆ ਦੁਨੀਆਂ 'ਚ ਕਿਤੇ ਵੀ ਬੈਠੇ ਹੋਣ, ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ। ਸੋ ਫਿਰ ਕੱਲ੍ਹ ਮਿਲਾਂਗੇ। ਨਮਸਕਾਰ।